ਸਤਿ ਸ਼੍ਰੀ ਅਕਾਲ ਜੀ, ਮੈਂ ਹਾਮੀਤ ਅਤੇ ਦੈਨਿਕ ਸਵੇਰਾ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਅਨਮੋਲ ਗਗਨ ਮਾਨ ਜੋ ਆਪਣੇ ਅੜਬ ਸੁਭਾਅ ਦੇ ਕਰਕੇ ਕਾਫੀ ਜ਼ਿਆਦਾ ਮਸ਼ਹੂਰ ਹੈ, ਹਾਲ ਹੀ ਦੇ ਵਿੱਚ ਇੱਕ 5 ਸਾਲ ਦੀ ਬੱਚੀ ਦੇ ਨਾਲ ਦੁਸ਼ਕਰਮ ਹੋਏ ਨੇ ਧੂਰੀ ਦੇ ਵਿੱਚ, ਔਰ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਨਜ਼ਰ ਆਈ ਹੈ ਅਨਮੋਲ ਗਗਨ ਮਾਨ, ਅਤੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਲਾਈਵ ਹੋ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ ਅਤੇ ਨਾਲ ਇੱਕ ਸੂਰਵਾ ਠਹਿਰਾਇਆ ਉਹਨਾਂ ਲੋਕਾਂ ਨੂੰ ਤੇ ਕਿਹਾ ਕਿ ਕਾਨੂੰਨ ਸਖਤ ਹੋਣੇ ਚਾਹੀਦੇ ਨੇ। ਸੋ ਦੇਖੋ ਦੈਨਿਕ ਸਵੇਰਾ ਟੀਵੀ ਦੀ ਇਹ ਖਾਸ ਰਿਪੋਰਟ। ਪੰਜਾਬੀ ਸਿੰਗਰ ਅਨਮੋਲ ਗਗਨ ਮਾਨ ਨੇ ਧੂਰੀ 'ਚ 5 ਸਾਲ ਦੀ ਬੱਚੀ ਦੇ ਨਾਲ ਹੋਏ ਰੇਪ ਤੇ ਲਾਈਵ ਆ ਕੇ ਚਿੰਤਾ ਜਤਾਈ ਹੈ। ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਦੀ ਪਵਿੱਤਰ ਧਰਤੀ ਤੇ ਹਰ ਮਹੀਨੇ ਹੋ ਰਹੇ ਰੇਪ ਬਹੁਤ ਹੀ ਸ਼ਰਮਨਾਕ ਗੱਲ ਹੈ। ਹੋਰ ਕੀ ਕੁਝ ਕਿਹਾ ਅਨਮੋਲ ਗਗਨ ਮਾਨ ਨੇ ਆਪਣੇ ਇਸ ਵੀਡੀਓ ਦੇ ਵਿੱਚ, ਤੁਸੀਂ ਖੁਦ ਹੀ ਦੇਖੋ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਮੇਰਾ ਅੱਜ ਲਾਈਵ ਆਉਣ ਦਾ ਮਕਸਦ ਜਿਹੜਾ ਹੁਣੇ ਧੂਰੀ 'ਚ 5 ਸਾਲਾਂ ਦੀ ਕੁੜੀ ਨਾਲ ਦੁਸ਼ਕਰਮ ਹੋਇਆ, ਜਿਹੜਾ ਕੇਸ ਸਾਹਮਣੇ ਆਇਆ, ਉਹਦੇ ਉੱਤੇ ਬੋਲਣ ਦਾ ਮੇਰਾ ਮਨ ਸੀ। ਕਿੰਨੀ ਸ਼ਰਮਨਾਕ ਗੱਲ ਹੈ ਕਿ ਹਰ ਮਹੀਨੇ ਇਹ ਪਤਾ ਲੱਗਦਾ ਕਿ ਸਾਡੇ ਪੰਜਾਬ ਦੇ ਵਿੱਚ ਇਹੋ ਜਿਹੀ ਪਵਿੱਤਰ ਧਰਤੀ ਉੱਤੇ ਇਹ ਚੀਜ਼ਾਂ ਹੋ ਰਹੀਆਂ, ਰੇਪ ਕੇਸ ਸਾਹਮਣੇ ਆ ਰਹੇ ਨੇ, ਜਿੱਥੇ ਗੁਰੂਆਂ ਦੀ ਧਰਤੀ ਆ, ਸੂਰਬੀਰਾਂ ਦੀ ਧਰਤੀ ਆ, ਉੱਥੇ ਸ਼ਰਿਆਂ 5 ਸਾਲਾਂ ਦੇ ਬੱਚੀ ਨਾਲ, ਬੱਚੇ ਨਾ ਜਿਹਨੇ ਹਾਲੇ ਚੰਗੀ ਤਰ੍ਹਾਂ ਸੰਸਾਰ ਵੀ ਨਹੀਂ ਦੇਖਿਆ। ਇੱਕ ਰੱਬ ਦਾ ਰੂਪ ਹੁੰਦਾ 5 ਸਾਲਾਂ ਦਾ ਬੱਚਾ, ਜਿਹਨੂੰ ਹਾਲੇ ਹੀ ਨਹੀਂ ਪਤਾ ਹੁੰਦਾ ਕਿ ਰਿਸ਼ਤਿਆਂ ਦਾ ਕੀ ਨਾਮ ਹੈ। ਇਸ ਹੱਦ ਤੱਕ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੀ ਗਿਰਾਵਟ ਲੈ ਕੇ ਜਾ ਰਹੀ ਹੈ। ਜਿਸਨੇ ਵੀ ਅੰਜਾਮ ਕੀਤਾ, ਇਹੋ ਜਿਹੇ ਲੋਕ ਕੁਛ ਕੀਤੀ ਦੇ ਨੇ, ਪਰ ਕੁਛ ਕੀਤੀ ਦੇ ਵੀ ਕਿਉਂ ਨੇ, ਕਿਸ ਦਾ ਡਰ ਨਹੀਂ। ਪਿਛਲੇ ਦਿਨੀ ਮੈਂ ਇੱਕ ਕਾਨਫਰੰਸ ਕੀਤੀ ਸੀ, ਇੱਕ ਰੇਪ ਕੇਸ ਪਿਛਲੇ ਦਿਨੀ ਸਾਹਮਣੇ ਆਇਆ ਸੀ। ਕਿਸੇ ਮੀਡੀਆ ਪਰਸਨ ਨੇ ਮੈਨੂੰ ਕਿਹਾ ਕਿ ਇਹ ਤਾਂ ਡਾਇਨਿੰਗ ਟੇਬਲ ਟਾ ਗਿਆ, ਹਰ ਬੰਦਾ ਗੱਲ ਕਰਦਾ, ਤੁਸੀਂ ਇੱਥੇ ਕੀ ਖਾਸ ਗੱਲ ਕਰਨਾ ਆ। ਕਲਾਕਾਰ ਇੱਕ ਅਲੱਗ ਗੱਲ ਆ, ਅਸੀਂ ਇੱਕ ਆਮ ਇਨਸਾਨ ਆ। ਮੈਂ ਇਸ ਪੰਜਾਬ ਦੀ ਧੀ ਹਾਂ, ਕਿਸੇ ਦੀ ਧੀ ਆ ਅਤੇ ਕਿਸੇ ਦੀ ਧੀ ਦਾ ਦਰਦ ਸਮਝਦੀ ਹਾਂ। ਉਹ ਜਿਹੜਾ 5 ਸਾਲਾਂ ਦੀ ਬੱਚੀ ਦਾ ਕੇਸ ਸਾਹਮਣੇ ਆਇਆ, ਉਹ ਕਹਿੰਦੇ ਇੱਕ ਡਾਇਨਿੰਗ ਟੇਬਲ ਟਾ ਗਿਆ। ਉਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਘਰੇ ਇਹ ਹਾਦਸਾ ਵਾਪਰਿਆ ਕਿ ਇਹ ਉਹਨਾਂ ਦੇ ਲਈ ਇੱਕ ਡਾਇਨਿੰਗ ਟੇਬਲ ਟਾ ਗਿਆ। ਰੱਬ ਨਾ ਕਰੇ ਕਿਸੇ ਦੇ ਘਰੇ ਵੀ ਇੱਦਾਂ ਦੀ ਕਿਸੇ ਦੀ ਧੀ ਨਾਲ ਕੋਈ ਸ਼ੈਤਾਨ ਇੱਦਾਂ ਦਾ ਗਲਤ ਹਰਕਤ ਕਰ ਜਾਵੇ ਕਿ ਉਹਨਾਂ ਲਈ ਇੱਕ ਡਾਇਨਿੰਗ ਟੇਬਲ ਟਾਕ ਬਣ ਕੇ ਰਹਿ ਜਾਵੇ। ਸ਼ਬਦ ਨਹੀਂ ਹੈ ਬੋਲਣ ਲਈ ਲੋਕਾਂ ਲਈ, ਕਿਹਨੂੰ ਦੋਸ਼ ਦੇਈਏ? ਲੋਕਾਂ ਦੀ ਗੰਦੀ ਸੋਚ ਨੂੰ, ਸਰਕਾਰਾਂ ਨੂੰ ਕਿ ਉਹ ਐਕਸ਼ਨ ਨਹੀਂ ਲੈਂਦੀਆਂ, ਕਿਹਨੂੰ ਰੋਕਣ ਦੀ ਲੋੜ ਆ? ਹਿਲਾ ਦਿੱਤਾ ਅੰਦਰੋਂ, ਹਿਰਦਾ ਹਲੂਣਿਆ ਗਿਆ। ਗਾਣਿਆਂ ਉੱਤੇ ਰੌਲਾ ਪਾਉਣ ਦੀ ਬਜਾਏ ਕਾਨੂੰਨਾਂ ਉੱਤੇ ਰੌਲਾ ਪਾਓ, ਸਖ਼ਤ ਕਾਨੂੰਨ ਬਣਾਏ ਜਾਣ, ਸਾਡੀਆਂ ਧੀਆਂ ਭੈਣਾਂ, ਸਾਡੇ ਜਵਾਕ ਆਜ਼ਾਦੀ ਨਾਲ ਬਾਹਰ ਘੁੰਮ ਸਕਣ। ਪੰਜਾਬ ਦੇ ਵਾਸੀ ਹੋ, ਗਾਣੇ 'ਚ ਕੀ ਰੱਖਿਆ? ਗਾਣੇ ਤਾਂ ਵਿਆਹਾਂ 'ਚ ਵਜਾਉਣ ਨੂੰ ਹੁੰਦੇ ਨੇ, ਕਦੇ ਸੁਣ ਲਿਆ? ਇਹਨਾਂ 'ਤੇ ਖੱਪਣ ਖਪਾਉਣ ਨੂੰ ਸਾਰਾ ਦਿਨ, ਜ਼ਿਆਦਾਤਰ ਐਨਰਜੀ ਵੇਸਟ ਕਾਹਦੇ ਹੋ ਰਹੀ ਹੈ ਇਹਨਾਂ ਚੀਜ਼ਾਂ 'ਤੇ? ਇਹਨਾਂ ਲੋਕਾਂ ਨੂੰ ਪੁੱਛੋ, ਸਰਕਾਰਾਂ ਨੂੰ ਕੋ ਕਾਨੂੰਨ ਸਖ਼ਤ ਕਰਨ, ਸਾਡਾ ਪੰਜਾਬ ਨੂੰ ਪੁਰਾਣਾ ਪੰਜਾਬ ਲੈ ਕੇ ਆਓ ਵਾਪਸ। ਸਭ ਕੁਛ ਹੱਥੋਂ ਜਾ ਰਿਹਾ, ਇਹ ਰੇਪਾਂ ਦੀ ਧਰਤੀ ਇੱਥੇ ਬਲਾਤਕਾਰੀਆਂ ਦੀ ਧਰਤੀ ਨਾ ਬਣ ਜਾਵੇ ਕਿਤੇ। ਦਾਗ ਲੱਗ ਰਹੇ ਨੇ ਬਹੁਤ ਵੱਡੇ, ਜਿਹੜੇ ਮਿਟਣਗੇ ਬਹੁਤ ਔਖੇ। ਤੁਸੀਂ ਕੀ ਸੋਚਦੇ ਹੋ ਕਿ ਕਾਨੂੰਨ ਬਦਲਣੇ ਚਾਹੀਦੇ ਨੇ ਜਾਂ ਫਿਰ ਸਜ਼ਾ ਦੇ ਵਿੱਚ ਕੁਝ ਚੇਂਜ ਹੋਣੇ ਚਾਹੀਦੇ ਨੇ? ਆਪਣੀ ਰਾਏ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸ ਸਕਦੇ ਹੋ।